सिटी होम देख रहे सारे दर्शकों का स्वागत है। दोस्तों अज आप उस प्रोटेस्ट की गल कर जा रहे हैं जिहड़ी तुसी साढ़े पिछे तस्वीर देख रहे हो कि किसानों ने जो ये धरना लाया आ कि सरकार ने पंजाब दे विच काला कानून लैके आंदा आ ते ये काला कानून सिर्फ मोदी ने अंबानियों नूं खुश करन दी लैके आंदा आ। आओ आप इन्हां नाल गलबात करते हैं। अज असी जिहड़ा भारत बंद का किसान यूनियन वल्लों जिहड़ा सद्दा दित्ता गया अज असी उहदे हिस्सा बन रहे हैं श्रोमणी अकाली दल अमृतसर वालों, क्योंकि जिहड़े काले कानून लिआंदे गए ने जिथे किसान ना रहा जिहड़ा पूरे देश नूं अन्न दे रहा, जे किसान ना रहा तो मजदूर नहीं रहना, तो जे मजदूर ना रहा तो देश का सत्यानाश हो जाना। यह जिहड़ा मोदी है इन्हें जिन्हें भी कानून लिआंदे ने भावें धारा 370-35A जिहड़ी इन्हें रद्द करके उत्थे कश्मीर नूं जेल बना दिता, जिथे काल तख्त नूं भारत सरकार ने ढाया उत्थे मुसलमानां दी बाबरी मस्जिद ढाई गई। अज जिहड़ा जिथे नोटबंदी नूं अज तक लोग चल रहे ने, जिथे GST ला के भारत दे लोकां दा कचूंबर कढ दित्ता, अज इन्हें अबानियां ते अडानियां नूं खुश करन लई इह जिहड़े तिन काले कानून लिआंदे ने। जिथे इत्थे मंडीकरण जिहड़ा खत्म होण जा रिहा, जे मंडी खत्म हो गया जिवें बिहार तो ये बइये आण के इत्थे दिहाड़ियां कर रहे ने, ये पंजाब का किसान भी वो दिहाड़ियां करन लई मजबूर हो जाएगा। असी ये प्रेस दे मीडिया में राही असी मोदी सरकार नूं चेतावनी दिंदे आ कि जिहड़े पंजाब का किसान है वह जाग चुका, तेरे जिहड़े काले कानून ने उहनूं असी बिल्कुल नहीं मानदे, वह रद्द किए जाण। जिन्ना चिर काले कानून नहीं रद्द होंदे उन्ना चिर जिहड़े पंजाब दीआं जिहड़ीआं सड़कां ते रेलां ਉਹ ਇਸ ਤਰ੍ਹਾਂ ਹੀ ਬੰਦ ਹੁੰਦੀਆਂ ਰਹਿਣਗੀਆਂ। ਤੁਹਾਨੂੰ ਕੀ ਲੱਗਦਾ ਜਿਹੜੇ ਮਤਲਬ ਤੁਹਾਡੇ ਪ੍ਰੋਟੈਸਟ ਕਰਨ ਨਾਲ ਵੀ ਇਹ ਕਾਨੂੰਨ ਬਦਲਿਆ ਜਾ ਸਕੂਗਾ? ਜਿਹੜਾ ਲੋਕ ਲਹਿਰ ਹੁੰਦੀ ਆ ਉਹਦੇ ਨਾਲ ਦੇਸ਼ਾਂ ਦੀ ਦਿਸ਼ਾ ਬਦਲ ਜਾਂਦੀ ਆ। ਇਹ ਜਿਹੜਾ ਕਾਨੂੰਨ ਆ ਇਹਦੇ ਕੁਛ ਵੀ ਚੀਜ਼ ਨਹੀਂ, ਮੋਦੀ ਵਰਗੇ ਬੜੇ ਆਏ ਤੇ ਬੜੇ ਚਲੇ ਗਏ। ਇਹ ਜਿਹੜੇ ਕਾਲੇ ਕਾਨੂੰਨ ਜਦੋਂ ਬਣਦੇ ਨੇ, ਜਦੋਂ ਐਮਰਜੈਂਸੀ ਲਾਈ ਸੀ ਉਸ ਟਾਈਮ ਲੋਕਾਂ ਨੇ ਲਹਿਰ ਨੇ ਉਸ ਵੇਲੇ ਦੀ ਜਿਹੜੀ ਸਰਕਾਰ ਸੀ ਉਹਨੂੰ ਮਜਬੂਰ ਹੋਣਾ ਪਿਆ ਸੀ, ਅਤੇ ਜੇ ਇਹਨਾਂ ਨੇ ਜਿਹੜਾ ਆਪਣਾ ਰਾਜੋਆਣੇ ਦੀ ਫਾਂਸੀ ਨੂੰ ਲਾਇਆ ਤਾਂ ਪੰਜਾਬ ਦੀ ਲੋਕ ਰਹਿਣ ਨੇ ਉਹਦੀ ਫਾਂਸੀ ਰੱਦ ਕਰਵਾਈ ਸੀ। ਇਹ ਜਿਹੜੇ ਕਾਲੇ ਕਾਨੂੰਨ ਨੇ ਇਹਨਾਂ ਨੂੰ ਰੱਦ ਕਰਨੇ ਪੈਣਗੇ। ਅਗਰ ਨਹੀਂ ਹੁੰਦੇ ਤਾਂ ਅਸੀਂ ਇਹਨਾਂ ਦੇ ਭਾਰਤ ਸਰਕਾਰ ਦੇ ਨੱਕ ਦੇ ਵਿੱਚ ਦਮ ਕਰ ਦੇਵਾਂਗੇ। ਸਰ ਅਗਰ ਜੇ ਨਹੀਂ ਤੁਹਾਡੀ ਸੁਣਵਾਈ ਹੁੰਦੀ ਤਾਂ ਫਿਰ ਤੁਹਾਡਾ ਅਗਲਾ ਕਦਮ ਕੀ ਹੋਊਗਾ? ਗੱਲ ਇਹ ਆ ਜੀ, ਜਿਹੜਾ ਮੀਡੀਆ ਉਹ ਲੋਕਤੰਤਰ ਦਾ ਉਹ ਪੰਜਵਾਂ ਥੰਮ ਹੈ। ਇਹ ਜਿਹੜਾ ਮੀਡੀਆ ਉਹਨੂੰ ਚਾਹੀਦਾ ਕਿ ਉਹ ਜਿਹੜੀ ਸੱਚੀ ਆਵਾਜ਼ ਆ ਉਹਦੇ ਬੋਲਿਆਂ ਕੰਨਾਂ ਤੱਕ ਪਹੁੰਚਾਏ ਕਿ ਪੰਜਾਬ ਦੇ ਵਿੱਚ ਜਿਹੜਾ ਕਿਸਾਨ ਹੈ ਉਹ ਰਾਤਾਂ ਦੀ ਜਿਹੜੀ ਠੰਡ ਹੈ, ਉਹ ਬਜ਼ੁਰਗ ਅਤੇ ਜਿਹੜੇ ਨੌਜਵਾਨ ਬੱਚੇ ਨੇ ਉਹ ਰਾਤਾਂ ਬਾਹਰ ਕੱਟ ਕੇ ਉਹਦਾ ਸਿਆਪਾ ਕਰ ਰਹੇ ਨੇ। ਇਹ ਉਨਾ ਚਿਰ ਤੱਕ ਉਹਦਾ ਸਿਆਪਾ ਹੁੰਦਾ ਰਹਿਣਾ ਜਿੰਨਾ ਚਿਰ ਤੱਕ ਇਹਦੇ ਜਿਹੜੇ ਕਾਨੂੰਨ ਨੇ ਉਹ ਵਾਪਸ ਨਹੀਂ ਹੁੰਦੇ। ਜਿਹੜਾ ਮੋਦੀ ਆ ਕਾਲੇ ਕਾਨੂੰਨ ਲੈ ਕੇ ਸਾਡੇ ਕਿਸਾਨਾਂ ਨੂੰ ਦੁਖੀ ਕਰ ਰਿਹਾ, ਜੇ ਅੱਜ ਕਿਸਾਨ ਦੁਖੀ ਆ, ਮਜ਼ਦੂਰ ਦੁਖੀ ਹੈ, ਸਾਰੀ ਪਬਲਿਕ ਦੁਖੀ ਹੈ, ਜੇ ਕਿਸਾਨ ਦੇ ਨਾਲ ਧੱਕਾ ਹੁੰਦਾ ਹੈ ਤਾਂ ਸਮਝ ਲਓ ਸਾਰੇ ਸਮਾਜ ਨਾਲ ਧੱਕਾ ਹੋ ਰਿਹਾ। ਮੋਦੀ ਹਰ ਵਾਰ ਪਹਿਲਾਂ ਮੁਸਲਿਮ ਭਾਈਚਾਰੇ ਦੇ ਉੱਤੇ ਧੱਕਾ ਕੀਤਾ, ਫਿਰ ਸਿੱਖਾਂ 'ਤੇ ਧੱਕਾ ਕੀਤਾ, ਹੁਣ ਕਿਸਾਨਾਂ ਦੇ ਉੱਤੇ ਧੱਕਾ ਕਰ ਰਿਹਾ। ਇਹਦੀ ਧੱਕੇਸ਼ਾਹੀ ਨਹੀਂ ਚੱਲੇਗੀ। ਗੁੰਡਾਗਰਦੀ ਚੱਕ ਦਿਆਂਗੇ, ਧੌਣ 'ਤੇ ਗੋਡਾ ਰੱਖ ਦਿਆਂਗੇ। ਅਸੀਂ ਪਿੱਛੇ ਹਟਣ ਵਾਲੇ ਨਹੀਂ। ਅਸੀਂ ਮੋਦੀ ਨੂੰ ਦੱਸਣਾ ਚਾਹੁੰਦੇ ਹਾਂ ਜੇ ਅਸੀਂ ਝੁਕਦੇ ਨਹੀਂ, ਅਸੀਂ ਝੁਕਾਉਣਾ ਜਾਣਦੇ ਹਾਂ, ਅਸੀਂ ਧੌਣ ਲਾਉਣਾ ਜਾਣਦੇ ਹਾਂ, ਅਸੀਂ ਮੋਦੀ ਨੂੰ ਝੁਕਾ ਕੇ ਰੱਖ ਦਿਆਂਗੇ, ਕਿਉਂਕਿ ਕਿਸਾਨ ਏਕਤਾ ਜ਼ਿੰਦਾਬਾਦ। ਜਿਵੇਂ ਤੁਸੀਂ ਇੱਥੇ ਮਤਲਬ ਤੁਸੀਂ ਇੱਥੇ ਧਰਨਾ ਲਾਇਆ ਹੋਇਆ, ਸ਼ਹਿਰ ਦੇ ਵਿੱਚ ਹੋਰ ਪਾਸੇ ਵੀ ਤੁਸੀਂ ਗਰੋਹ ਕੀਤਾ ਹੋਇਆ? ਬਿਲਕੁਲ ਜੀ ਬਿਲਕੁਲ, ਸਾਡਾ ਸ਼ੰਭੂ ਬਾਰਡਰ ਦੇ ਉੱਤੇ ਮੋਰਚਾ ਚੱਲ ਰਿਹਾ ਜੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼ੰਭੂ ਬਾਰਡਰ 'ਤੇ ਚੱਲ ਰਿਹਾ, ਲੌਂਗੋਵਾਲ ਚੱਲ ਰਿਹਾ, ਸਾਡਾ ਧਰਨਾ ਹੋਰ ਵੀ ਕਈ ਥਾਵਾਂ 'ਤੇ ਚੱਲ ਰਿਹਾ ਜੀ। ਅਸੀਂ ਇਸ ਕਰਕੇ ਕਿਸਾਨਾਂ ਦੇ ਸਮਰਥਨ ਦੇ ਵਿੱਚ ਹਾਂ ਜੀ। ਅਸੀਂ ਜੇ ਸਾਡੀ ਸੁਣਵਾਈ ਨਹੀਂ ਹੁੰਦੀ ਤਾਂ ਇਹ ਘਰਾਓ ਇੱਦੀ ਜਾਰੀ ਰਹੂਗਾ, ਹਾਈਵੇ ਵੀ ਬੰਦ ਕਰਦੇ ਰਹਾਂਗੇ ਅਤੇ ਹੋਰ ਸਰਕਾਰਾਂ ਦੇ ਦਫ਼ਤਰ ਵੀ ਅਸੀਂ ਇੱਦੀ ਬੰਦ ਕਰਦੇ ਰਹਾਂਗੇ। ਮੈਂ ਰਕੇਸ਼, ਕੈਮਰਾਮੈਨ ਵਿਕਾਸ ਨਾਲ।